ਸਤਿ ਸ਼੍ਰੀ ਅਕਾਲ ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਲਗਾਂ ਅਤੇ ਲਗਾਖਰ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ ਅਤੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਸਮੇਂ ਸਿਰ ਪੂਰੀਆਂ ਕਰ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਲਗਾਂ ਕੀ ਹਨ। ਲਗਾਂ ਅਸਲ ਦੇ ਵਿੱਚ ਉਹ ਸਹਾਇਕ ਚਿੰਨ੍ਹ ਹਨ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਅੱਖਰਾਂ ਤੋਂ ਸ਼ਬਦ ਬਣਦੇ ਹਨ। ਲਗਾਂ ਨੂੰ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ੍ਹ ਵੀ ਕਿਹਾ ਜਾਂਦਾ ਹੈ। ਲਗਾਂ ਜਾਂ ਮਾਤਰਾਵਾਂ ਦੀ ਵਰਤੋਂ ਸੁਤੰਤਰ ਰੂਪ ਦੇ ਵਿੱਚ ਕਦੇ ਵੀ ਨਹੀਂ ਹੁੰਦੀ, ਭਾਵ ਇਹ ਸੁਤੰਤਰ ਰੂਪ ਦੇ ਵਿੱਚ ਇਹਨਾਂ ਦੀ ਕੋਈ ਵਰਤੋਂ ਨਹੀਂ ਹੁੰਦੀ। ਇਹ ਹਮੇਸ਼ਾ ਕਿਸੇ ਨਾ ਕਿਸੇ ਵਰਣ ਜਾਂ ਅੱਖਰ ਦੇ ਨਾਲ ਹੀ ਵਰਤੀਆਂ ਜਾਂਦੀਆਂ ਹਨ ਜਿਨ੍ਹਾਂ ਤੋਂ ਸ਼ਬਦਾਂ ਦੀ ਅਤੇ ਸ਼ਬਦਾਂ ਤੋਂ ਵਾਕਾਂ ਦੀ ਹੋਂਦ ਪੈਦਾ ਹੋਣ ਬਣਦੀ ਹੈ। ਸੋ ਗੁਰਮੁਖੀ ਲਿਪੀ ਦੇ ਵਿੱਚ ਕੁੱਲ 10 ਲਗਾਂ ਜਾਂ ਜਿਨ੍ਹਾਂ ਨੂੰ ਮਾਤਰਾਵਾਂ ਕਿਹਾ ਜਾਂਦਾ ਹੈ ਹਨ, ਜਿਵੇਂ ਮੁਕਤਾ, ਕੰਨਾ, ਸਿਆਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਂ, ਹੋੜਾ ਅਤੇ ਕਨੌੜਾ। ਇਹਨਾਂ ਨੂੰ ਅੰਕਿਤ ਕਰਨ ਵਾਲੇ ਚਿੰਨ੍ਹ ਜੋ ਹਨ, ਜਿਵੇਂ ਮੁਕਤਾ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਹੈ, ਜਿਵੇਂ ਅਸੀਂ ਆੜਾ ਮੁਕਤਾ ਲੈ ਸਕਦੇ ਹਾਂ। ਫਿਰ ਹੈ ਕੰਨਾ, ਸਿਆਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਂ, ਹੋੜਾ ਅਤੇ ਕਨੌੜਾ। ਜਿਵੇਂ ਅ, ਆ, ਈ, ਈ, ਉ, ਊ, ਏ, ਐ, ਓ ਅਤੇ ਔ। ਇਸ ਤੋਂ ਅੱਗੇ ਆ ਜਾਂਦਾ ਹੈ ਕਿ ਸਾਡੇ ਕੋਲ ਜੋ 35 ਅੱਖਰ ਹਨ ਊੜੇ ਤੋਂ ਲੈ ਕੇ ਅੜਾੜੇ ਤੱਕ, ਔਰ ਇਹਨਾਂ ਦੇ ਨਾਲ ਇਹ ਟੋਟਲ ਸਾਡੇ ਕੋਲ 35 ਅੱਖਰ ਹਨ, 10 ਸਾਡੇ ਕੋਲ ਲਗਾਂ ਹੋ ਗਈਆਂ ਅਤੇ 7 ਸਾਡੇ ਕੋਲ ਕੱਕੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਸੱਸੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ। ਇਹ ਸਾਡੇ ਕੋਲ ਗਿਣਤੀ ਦੇ ਵਿੱਚ 7 ਹਨ ਜਿਨ੍ਹਾਂ ਨੂੰ ਅਸੀਂ ਉਧਾਰੇ ਸ਼ਬਦ ਅਡੋਪਟਿਡ ਜੋ ਸੀ ਉਰਦੂ ਭਾਸ਼ਾ ਦੇ ਪ੍ਰਭਾਵ ਅਧੀਨ ਜੋ ਫਾਰਸੀ ਦੇ ਅੱਖਰ ਜੋ ਸਨ ਉਹਨਾਂ ਦੀ ਕਮੀ ਨੂੰ ਪੂਰੀਆਂ ਕਰਨ ਵਾਸਤੇ ਜੋ ਅਸੀਂ ਆਪਣੇ ਮੂਲ ਜੋ ਸਾਡੇ ਕੋਲ ਅੱਖਰ ਜਾਂ ਵਰਣ ਮੌਜੂਦ ਸਨ ਉਹਨਾਂ ਦੇ ਪੈਰਾਂ ਹੇਠ ਨੁਕਤਾ ਲਾ ਕੇ ਇਹ ਨਵੇਂ ਸ਼ਬਦ ਅੱਖਰ ਜੋ ਸਨ ਘੜ ਲਏ ਸਨ। ਇਹਨਾਂ ਨੂੰ ਮਾਂਗਵੇਂ ਸ਼ਬਦ ਵੀ ਕਿਹਾ ਜਾਂਦਾ ਹੈ। ਇਹਨਾਂ ਦੀ ਗਿਣਤੀ ਜੋ ਹੈ, ਧਿਆਨ ਦੇਣ ਯੋਗ ਨੁਕਤਾ ਹੈ ਕਿ ਇਹ ਗਿਣਤੀ ਵਿੱਚ 7 ਹਨ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਔਰ ਬਹੁਤ ਸਾਰੇ ਅਧਿਆਪਕ ਵੀ ਕੱਕੇ ਪੈਰ ਨੁਕਤੇ ਦੀ ਵਰਤੋਂ ਨਹੀਂ ਕਰਦੇ, ਜਦਕਿ ਜੋ ਪੰਜਾਬੀ ਦੇ ਵਿੱਚ ਕਤਲ ਸ਼ਬਦ ਹੈ ਇਹ ਉਰਦੂ ਦਾ ਸ਼ਬਦ ਹੈ ਜੋ ਕਿ ਕੱਕੇ ਪੈਰ ਨੁਕਤਾ ਲੱਗ ਕੇ ਲਿਖਿਆ ਜਾਂਦਾ ਹੈ, ਜੋ ਕਿ ਆਧੁਨਿਕ ਜੋ ਅਜੋਕੇ ਸਮੇਂ ਦੇ ਵਿੱਚ ਬਹੁਤਿਆਂ ਨੂੰ ਇਸ ਦੀ ਜਾਣਕਾਰੀ ਨਾ ਹੋਣ ਸਦਕਾ ਬਹੁਤੇ ਅਧਿਆਪਕ ਸਾਥੀ ਵੀ ਅਤੇ ਉਹਨਾਂ ਦੇ ਦੱਸਿਆ ਹੋਇਆ ਉਹਨਾਂ ਦੇ ਵਿਦਿਆਰਥੀ ਵੀ ਜਿਹੜੇ ਨੇ ਇਹਨਾਂ ਦੀ ਗਿਣਤੀ ਜੋ ਹੈ 6 ਦੱਸਦੇ ਹਨ, ਜਦਕਿ ਇਹ ਗਿਣਤੀ ਦੇ ਵਿੱਚ 7 ਹਨ ਕਿਉਂਕਿ ਕੱਕੇ ਪੈਰ ਨੁਕਤਾ ਵੀ ਲੱਗਦਾ ਹੈ। ਸੋ ਇਹ ਟੋਟਲ ਗਿਣਤੀ ਹੋ ਗਈ 35 ਅਤੇ 7, 42 ਅਤੇ 10, 52 ਹੈ ਸਾਡੇ ਕੋਲ ਜੋ ਟੋਟਲ ਜੋ ਅਸੀਂ ਕਹਿ ਸਕਦੇ ਹਾਂ ਲਗਾ ਮਾਤਰਾਵਾਂ।
ਜਾਂ ਪੰਜਾਬੀ ਦਾ ਜੋ ਧੁਨੀਆਂ ਕਹਿ ਸਕਦੇ ਹਾਂ ਅਸੀਂ ਟੋਟਲ। ਇਸ ਤੋਂ ਬਾਅਦ ਆ ਜਾਂਦਾ ਹੈ ਕਿ ਲਗਾ ਜਾਂ ਮਾਤਰਾਵਾਂ ਜਦੋਂ 35 ਅੱਖਰੀ ਦੇ ਨਾਲ ਲਗਾ ਕੇ ਬੋਲੀਆਂ ਜਾਂਦੀਆਂ ਹਨ ਤਾਂ ਇਸ ਨੂੰ ਮੁਹਾਰਨੀ ਕਿਹਾ ਜਾਂਦਾ ਹੈ। ਮੁਹਾਰਨੀ ਜੋ ਕਿ ਪੁਰਾਤਨ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਨ ਦੇ ਵਿੱਚ ਸੀ, ਔਰ ਇਸੇ ਕਰਕੇ ਉਸ ਸਮੇਂ ਦੇ ਵਿੱਚ ਜੋ ਪੰਜਾਬੀ ਲਿਖਣ ਵਾਲੇ ਸਨ ਉਹ ਸ਼ੁੱਧ ਪੰਜਾਬੀ ਲਿਖਣੀ ਸਿੱਖ ਜਾਂਦੇ ਸਨ, ਕਿਉਂਕਿ ਇਹ ਮੁਹਾਰਨੀ ਜਿਹੜੀ ਸੀ ਇਹ ਗਾ ਕੇ ਵਿਦਿਆਰਥੀਆਂ ਨੂੰ ਕਲਾਸਾਂ ਦੇ ਵਿੱਚ ਪੜ੍ਹਾਈ ਸਿਖਾਈ ਜਾਂਦੀ ਸੀ। ਜਿਵੇਂ ਕੱਕਾ ਮੁਕਤਾ, ਕੱਕਾ ਕੰਨਾ ਕਾ, ਕੱਕਾ ਸਿਆਰੀ ਕੀ, ਕੱਕਾ ਬਿਆਰੀ ਕੀ, ਕੱਕਾ ਔਂਕੜ ਕੁ, ਕੱਕਾ ਦੁਲੈਂਕੜ ਕੂ, ਕੱਕਾ ਲਾਵਾਂ ਕੇ, ਕੱਕਾ ਦੁਲਾਵਾਂ ਕੈ, ਕੱਕਾ ਹੋੜਾ ਕੋ, ਕੱਕਾ ਕਨੌੜਾ ਕਾਓ। ਇਸੇ ਤਰ੍ਹਾਂ ਹਰ ਅੱਖਰ ਦੇ ਨਾਲ ਹੀ ਸਾਰੀ ਮੁਹਾਰਨੀ ਜਦੋਂ ਬੱਚੇ ਪੜ੍ਹ ਕੇ ਲਗਾਤਾਰ ਬੋਲ ਬੋਲ ਕੇ ਸਿੱਖਦੇ ਸਨ ਤਾਂ ਉਹ ਉਹਨਾਂ ਦੇ ਅਭਿਆਸ ਸਦਕਾ ਨਿਰੰਤਰ ਉਹਨਾਂ ਦੀ ਵਰਤੋਂ ਦਾ ਇੱਕ ਹਿੱਸਾ ਬਣ ਜਾਂਦੀ ਸੀ। ਸੋ ਕੱਕੇ ਤੋਂ ਲੈ ਕੇ ਅੜਾੜੇ ਤੱਕ ਅਤੇ ਅੱਗੋਂ ਜਿਹੜੀਆਂ ਸਾਡੀਆਂ 7 ਅਡੋਪਟਡ ਧੁਨੀਆਂ ਹਨ ਉਹਨਾਂ ਦੇ ਨਾਲ ਵੀ ਇਹ ਲਗਾਤਾਰ ਲਗਾ ਕੇ ਉਹਨਾਂ ਨੂੰ ਇਸੇ ਢੰਗ ਦੇ ਨਾਲ ਲਿਖਿਆ ਜਾ ਸਕਦਾ ਹੈ। ਭਾਵ ਇਹਨਾਂ ਦੇ ਉਚਾਰਨ ਨੂੰ ਮੁਹਾਰਨੀ ਕਿਹਾ ਜਾਂਦਾ ਹੈ। ਅਤੇ ਇਸ ਤੋਂ ਬਾਅਦ ਆ ਜਾਂਦਾ ਹੈ ਲਗਾਂ ਦੀ ਵਰਤੋਂ ਜਿਹੜੀ ਹੈ ਇਹ ਅਸੀਂ ਕਿਸ ਤਰ੍ਹਾਂ ਕਰਨੀ ਹੈ। ਸਭ ਤੋਂ ਪਹਿਲਾਂ ਆ ਜਾਂਦਾ ਹੈ ਮੁਕਤਾ। ਮੁਕਤਾ ਜੋ ਲਗ ਹੈ ਜਾਂ ਜਿਸ ਨੂੰ ਮਾਤਰਾ ਕਿਹਾ ਜਾਂਦਾ ਹੈ ਇਹ ਆੜੇ ਦੀ ਸਵਰ ਧੁਨੀ ਦੇ ਲਈ ਵਰਤੀ ਜਾਣ ਵਾਲਾ ਚਿੰਨ੍ਹ ਹੈ। ਜਿਵੇਂ ਕ ਆਪਣੇ ਆਪ ਦੇ ਵਿੱਚ ਕੱਕਾ ਜੋ ਹੈ ਇਹ ਸਿੰਗਲ ਨਹੀਂ ਹੈ, ਇਸ ਨੂੰ ਅੱਗੇ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਕ ਜਮਾਂ ਅ ਤਾਂ ਜਾ ਕੇ ਕ ਬਣਦਾ ਹੈ। ਜਿਵੇਂ ਅਸੀਂ ਕਰ ਸ਼ਬਦ ਲਿਖਣਾ ਹੈ ਤਾਂ ਇਹਦੇ ਵਿੱਚ ਕ ਜਮਾਂ ਆੜਾ ਜਮਾਂ ਰ ਜਮਾਂ ਆੜਾ, ਚਾਰ ਇਹ ਸੁਰ ਧੁਨੀਆਂ ਦੀ ਜਾਂ ਵਿਅੰਜਨ ਧੁਰੀਆਂ ਦੀ ਵਰਤੋਂ ਇਸ ਦੇ ਵਿੱਚ ਹੋ ਰਹੀ ਹੈ, ਜਿਸ ਸਦਕਾ ਇੱਕ ਸ਼ਬਦ ਜੋ ਹੈ ਇਹ ਹੋਣ ਦੇ ਵਿੱਚ ਆਉਂਦਾ ਹੈ। ਸੋ ਮੁਕਤਾ ਜੋ ਹੈ ਉਹ ਉਸ ਸੁਰ ਧੁਨੀ ਨੂੰ ਕਹਿੰਦੇ ਹਨ ਜਿਸ ਦਾ ਆਪਣੇ ਆਪ ਦੇ ਵਿੱਚ ਕੋਈ ਸੁਤੰਤਰ ਜਿਹੜੀ ਹੈ ਇਸ ਦੀ ਭਾਵੇਂ ਮਾਤਰਾ ਨਹੀਂ ਹੈ ਪਰ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਮਾਤਰਾ ਹੈ। ਇਸ ਦੇ ਲਈ ਇੱਕ ਜਾਂ ਲਘੂ ਰੂਪ ਦੇ ਵਿੱਚ ਇਸ ਦੀ ਮਾਤਰਾ ਗਿਣੀ ਜਾਂਦੀ ਹੈ, ਇੱਕ ਮਾਤਰਾ ਦੇ ਲਈ ਇਸ ਨੂੰ ਵਰਤਿਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਕੰਨਾ। ਕੰਨਾ ਜੋ ਲਗ ਜੋ ਹੈ ਇਹ ਆੜੇ ਆੜਾ ਕੰਨਾ ਜੋ ਸਵਰ ਧੁਨੀ ਹੈ ਉਸਦਾ ਚਿੰਨ੍ਹ ਹੈ ਅਤੇ ਇਹ ਲਿਖਣ ਲੱਗਿਆਂ ਕਿਸੇ ਵੀ ਅੱਖਰ ਦੇ ਪਿਛਲੇ ਪਾਸੇ ਲੱਗਦਾ ਹੈ। ਜਿਵੇਂ ਜਿਵੇਂ ਅਸੀਂ ਕਾਰ ਲਿਖਣਾ ਹੈ ਤਾਂ ਇਹ ਕੱਕੇ ਦੇ ਪਿਛਲੇ ਪਾਸੇ ਲੱਗਿਆ ਹੈ, ਪਲੱਸ ਇਹ ਜਿਹੜੇ ਵੀ ਅੱਖਰ ਦੇ ਪਿੱਛੇ ਲੱਗਦਾ ਹੈ ਉਸ ਅੱਖਰ ਦੇ ਅੱਧ ਤੱਕ ਹੀ ਇਸ ਨੂੰ ਲਿਖਿਆ ਜਾਂਦਾ ਹੈ, ਪੂਰੀ ਲੰਬਾਈ ਤੱਕ ਇਸ ਨੂੰ ਨਹੀਂ ਲਿਖਿਆ ਜਾਂਦਾ ਜਾਂ ਅੱਖਰ ਦੇ ਬਰਾਬਰ ਜਾਂ ਹੇਠਾਂ ਤੱਕ ਨਹੀਂ ਲਿਜਾਇਆ ਜਾ ਸਕਦਾ। ਇਸ ਨੂੰ ਜੋ ਵੀ ਅਸੀਂ ਅੱਖਰ ਲਿਖ ਰਹੇ ਹਾਂ ਉਸ ਦੇ ਪਿਛਲੇ ਪਾਸੇ ਉਸਦੇ ਅੱਧ ਤੱਕ ਹੀ ਲਾਇਆ ਜਾਂਦਾ ਹੈ ਤਾਂ ਇਹ ਵੀ ਜੋ ਹੈ ਦੀਰਘ ਮਾਤਰਾ ਹੈ ਜਾਂ ਇਸ ਨੂੰ ਦੋ ਮਾਤਰਾਵਾਂ ਦੇ ਬਰਾਬਰ ਗਿਣਿਆ ਜਾਂਦਾ ਹੈ। ਅਤੇ ਜੋ ਸਾਡੇ ਪੰਜਾਬੀ ਦੇ ਮੂਲ ਸੁਰ ਹਨ ਊੜਾ ਆੜਾ ਅਤੇ ਈੜੀ, ਇਹਨਾਂ ਤਿੰਨਾਂ ਦੇ ਨਾਲ ਇਹ ਸਾਰੀਆਂ ਦੀਆਂ ਸਾਰੀਆਂ ਜੋ ਲਗਾਂ ਹਨ ਇਹਨਾਂ ਦੀ ਵਰਤੋਂ ਨਹੀਂ ਹੁੰਦੀ। ਕੁਝ ਲਗਾਂ ਕੁਝ ਵਿਸ਼ੇਸ਼ ਅੱਖਰਾਂ ਦੇ ਨਾਲ ਵਰਤੀਆਂ ਜਾਂਦੀਆਂ ਹਨ ਅਤੇ ਕੁਝ ਇੱਕ ਦੇ ਨਾਲ ਨਹੀਂ ਵੀ ਵਰਤੀਆਂ ਜਾਂਦੀਆਂ। ਜਿਵੇਂ ਊੜੇ ਦੇ ਨਾਲ ਔਂਕੜ ਵਰਤਿਆ ਜਾ ਸਕਦਾ ਹੈ,
ਊੜੇ ਦੇ ਨਾਲ ਜੋ ਹੈ ਹੋੜਾ ਜੋ ਅਸੀਂ ਇਕੰਕਾਰ ਜਦੋਂ ਲਿਖਦੇ ਹਾਂ ਉਹ ਵਰਤਦੇ ਹਾਂ, ਊੜੇ ਦੇ ਨਾਲ ਦੁਲੈਂਕੜ ਵਰਤਿਆ ਜਾ ਸਕਦਾ ਹੈ, ਪਰ ਊੜਾ ਜਿਹੜਾ ਹੈ ਉਹ ਅਸੀਂ ਮੁਕਤੇ ਰੂਪ ਦੇ ਵਿੱਚ ਕਦੇ ਵੀ ਨਹੀਂ ਲਿਖ ਸਕਦੇ। ਆੜਾ ਜੋ ਹੈ ਇਸ ਨੂੰ ਹਮੇਸ਼ਾ ਮੁਕਤੇ ਰੂਪ ਦੇ ਵਿੱਚ ਵਰਤਿਆ ਜਾ ਸਕਦਾ ਹੈ, ਪਰ ਆੜੇ ਦੇ ਨਾਲ ਕਦੇ ਵੀ ਸਿਹਾਰੀ ਨਹੀਂ ਲੱਗਦੀ ਅਤੇ ਆੜੇ ਦੇ ਨਾਲ ਕਦੇ ਵੀ ਬਿਹਾਰੀ ਵੀ ਨਹੀਂ ਲੱਗਦੀ। ਊੜੇ ਦੇ ਨਾਲ ਵੀ ਸਿਹਾਰੀ ਜਾਂ ਬਿਹਾਰੀ ਦੀ ਵਰਤੋਂ ਨਹੀਂ ਹੁੰਦੀ। ਇਸੇ ਤਰ੍ਹਾਂ ਈੜੀ ਹੈ, ਈੜੀ ਨੂੰ ਕਦੇ ਕੰਨਾ ਨਹੀਂ ਲੱਗਦਾ, ਈੜੀ ਨੂੰ ਕਦੇ ਔਂਕੜ ਨਹੀਂ ਲੱਗਦਾ, ਈੜੀ ਨੂੰ ਕਦੇ ਦੁਲੈਂਕੜ ਨਹੀਂ ਲੱਗਦਾ। ਈੜੀ ਨੂੰ ਸਿਹਾਰੀ ਲੱਗਦੀ ਹੈ, ਈੜੀ ਨੂੰ ਬਿਹਾਰੀ ਲੱਗਦੀ ਹੈ, ਈੜੀ ਨੂੰ ਲਾਂ ਲੱਗਦੀ ਹੈ, ਈੜੀ ਨੂੰ ਦੁਲਾਂ ਲੱਗਦੀ ਹੈ। ਸੋ ਇਸ ਤਰ੍ਹਾਂ ਇਹ ਸਪਸ਼ਟ ਹੈ ਵਿਦਿਆਰਥੀਆਂ ਨੂੰ ਕਿ ਕੁਝ ਮਾਤਰਾਵਾਂ ਜਿਹੜੀਆਂ ਹਨ ਇਹ ਸਾਰਿਆਂ ਅੱਖਰਾਂ ਦੇ ਨਾਲ, ਇਹਨਾਂ ਬੇਸਿਕ ਅੱਖਰਾਂ ਦੇ ਨਾਲ ਲਈ ਲੱਗਦੀਆਂ। ਸੋ ਇਸੇ ਤਰ੍ਹਾਂ ਕੰਨਾ ਵੀ ਜੋ ਹੈ ਇਹ ਕਦੇ ਨਾ ਤਾਂ ਊੜੇ ਨਾਲ ਲੱਗਦਾ ਹੈ ਅਤੇ ਨਾ ਹੀ ਈੜੀ ਦੇ ਨਾਲ ਲੱਗਦਾ ਹੈ, ਇਹ ਸਿਰਫ ਆੜੇ ਦੇ ਨਾਲ ਹੀ ਵਰਤਿਆ ਜਾਂਦਾ ਹੈ। ਫਿਰ ਇਸ ਤੋਂ ਬਾਅਦ ਆ ਜਾਂਦੀ ਹੈ ਸਿਹਾਰੀ। ਸਿਹਾਰੀ ਦੇ ਲਈ ਵੀ ਇਹ ਈ ਜੋ ਈ ਸਿਹਾਰੀ ਜੋ ਸ ਹੈ ਇਸਦਾ ਚਿੰਨ੍ਹ ਹੈ ਸਿਹਾਰੀ ਦਾ, ਔਰ ਇਸ ਦੀ ਵਰਤੋਂ ਜਿਹੜੀ ਹੈ ਅੱਖਰ ਦੇ ਅਗਲੇ ਅਤੇ ਪਿਛਲੇ ਦੋਹਾਂ ਪਾਸਿਆਂ 'ਤੇ ਕੀਤੀ ਜਾ ਸਕਦੀ ਹੈ, ਅਤੇ ਇਹ ਵੀ ਲਘੂ ਮਾਤਰਾ ਹੈ, ਇਸ ਦੀ ਇੱਕ ਮਾਤਰਾ ਗਿਣੀ ਜਾਂਦੀ ਹੈ। ਫਿਰ ਆ ਜਾਂਦਾ ਹੈ ਬਿਹਾਰੀ। ਇਹ ਲਗ ਜਾ ਮਾਤਰਾ ਵੀ ਈ ਬਿਹਾਰੀ ਸੁਰਧੁਨੀ ਦਾ ਚਿੰਨ੍ਹ ਹੈ ਅਤੇ ਇਹ ਗੁਰੂ ਮਾਤਰਾ ਹੈ। ਇਹ ਹਮੇਸ਼ਾ ਕਿਸੇ ਵੀ ਅੱਖਰ ਦੇ ਪਿਛਲੇ ਪਾਸੇ ਲੱਗਦੀ ਹੈ, ਔਰ ਇਸ ਗੁਰੂ ਮਾਤਰਾ ਹੋਣ ਸਦਕਾ ਇਸ ਦੀਆਂ ਦੋ ਮਾਤਰਾਵਾਂ ਹਨ, ਭਾਵ ਇਸ ਦੇ ਉਚਾਰਨ ਦੇ ਵਿੱਚ ਦੁੱਗਣਾ ਸਮਾਂ ਲੱਗਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਔਂਕੜ। ਔਂਕੜ ਇਹ ਲਗ ਜਾ ਮਾਤਰਾ ਜਿਹੜੀ ਹੈ ਊੜਾ ਔਂਕੜ ਸੁਰਧੁਨੀ ਦਾ ਚਿੰਨ੍ਹ ਹੈ ਅਤੇ ਹਮੇਸ਼ਾ ਕਿਸੇ ਵੀ ਅੱਖਰ ਦੇ ਹੇਠਾਂ ਲਾਈ ਜਾਂਦੀ ਹੈ। ਔਂਕੜ ਅਤੇ ਦੁਲੈ ਇਹ ਔਂਕੜ ਜੋ ਹੈ ਇਹ ਲਘੂ ਮਾਤਰਾ ਹੈ, ਇਸ ਦੇ ਉਚਾਰਨ ਦੇ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ। ਦੂਜੇ ਪਾਸੇ ਦੁਲੈਂਕੜ ਜੋ ਹੈ ਇਹ ਗੁਰੂ ਮਾਤਰਾ ਹੈ, ਇਸ ਦੇ ਉਚਾਰਨ ਦੇ ਵਿੱਚ ਦੋਹਰਾ ਸਮਾਂ ਲੱਗਦਾ ਹੈ, ਅਤੇ ਦੋਵੇਂ ਔਂਕੜ ਅਤੇ ਦੁਲੈਂਕੜ ਕਿਸੇ ਵੀ ਅੱਖਰ ਦੇ ਪੈਰ ਵਿੱਚ ਲਾਏ ਜਾ ਸਕਦੇ ਹਨ, ਪਰ ਕਦੇ ਵੀ ਆੜੇ ਅਤੇ ਈੜੀ ਦੇ ਨਾਲ ਇਹਨਾਂ ਦੀ ਵਰਤੋਂ ਨਹੀਂ ਹੁੰਦੀ। ਇਸ ਤੋਂ ਬਾਅਦ ਆ ਜਾਂਦਾ ਹੈ ਲਾਂ। ਲਾਂ ਜੋ ਹੈ ਇਸ ਦੀ ਜੋ ਵਰਤੋਂ ਹੈ ਇਹ ਸੁਰਧੁਨੀ ਦੇ ਲਈ ਕੀਤੀ ਜਾਂਦੀ ਹੈ। ਇਹ ਵੀ ਗੁਰੂ ਰੂਪ ਦੇ ਵਿੱਚ ਹੈ, ਭਾਵ ਇਸਦਾ ਦੀਰਘ ਰੂਪ ਹੈ, ਇਸਦੇ ਉਚਾਰਨ ਦੇ ਵਿੱਚ ਡਬਲ ਸਮਾਂ ਲੱਗਦਾ ਹੈ, ਔਰ ਇਸ ਦੀਆਂ ਦੋ ਮਾਤਰਾਵਾਂ ਗਿਣੀਆਂ ਜਾਂਦੀਆਂ ਹਨ ਅਤੇ ਹਮੇਸ਼ਾ ਅੱਖਰ ਦੇ ਉੱਤੇ ਲੱਗਦੀ ਹੈ ਅਤੇ ਕਦੇ ਵੀ ਊੜੇ ਅਤੇ ਆੜੇ ਦੇ ਨਾਲ ਲਾਂ ਦੁਲਾਂ ਦੀ ਵਰਤੋਂ ਲਾਂ ਦੀ ਵਰਤੋਂ ਜਿਹੜੀ ਹੈ ਊੜੇ ਅਤੇ ਆੜੇ ਦੇ ਨਾਲ ਨਹੀਂ ਹੁੰਦੀ, ਭਾਵ ਇਹ ਗਲਤ ਗਿਣੇ ਜਾਣਗੇ। ਇਸ ਤੋਂ ਬਾਅਦ ਹੈ ਦੁਲਾਂ। ਦੁਲਾਂ ਜੋ ਹੈ ਇਹ ਐ ਸੁਰਧੁਨੀ ਦਾ ਚਿੰਨ੍ਹ ਹੈ ਅਤੇ ਇਹ ਵੀ ਹਮੇਸ਼ਾ ਕਿਸੇ ਵੀ ਅੱਖਰ ਦੇ ਉਤਲੇ ਪਾਸੇ ਲਾਈ ਜਾਂਦੀ ਹੈ, ਜਿਵੇਂ ਦੁਲਾਂ ਹੈ। ਜਿਵੇਂ ਅਸੀਂ ਟਾਇਰ ਲਿਖਣਾ ਹੈ ਤਾਂ ਉੱਪਰ ਸ਼ਬਦ ਦੇ ਲੱਗੀ ਹੈ,
ਇਹ ਵੀ ਕਦੇ ਵੀ ਊੜੇ ਦੇ ਨਾਲ ਜਾਂ ਈੜੀ ਦੇ ਨਾਲ ਨਹੀਂ ਲਾਈਆਂ ਜਾ ਸਕਦੀਆਂ, ਇਹ ਗਲਤ ਮੰਨੀਆਂ ਜਾਣਗੀਆਂ। ਇਸੇ ਤਰ੍ਹਾਂ ਹੋੜਾ ਜੋ ਹੈ ਇਹ ਓ ਸਵਰ ਧੁਨੀ ਦਾ ਚਿੰਨ੍ਹ ਹੈ, ਇਹ ਵੀ ਅੱਖਰਾਂ ਦੇ ਉੱਪਰਲੇ ਪਾਸੇ ਲੱਗਦਾ ਹੈ। ਕਦੇ ਵੀ ਈੜੀ ਅਤੇ ਆੜੇ ਦੇ ਨਾਲ ਹੋੜੇ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਹ ਵੀ ਗੁਰੂ ਮਾਤਰਾ ਹੈ, ਇਸ ਦੇ ਉਚਾਰਨ ਦੇ ਵਿੱਚ ਦੋਹਰਾ ਸਮਾਂ ਲੱਗਦਾ ਹੈ ਅਤੇ ਇਸ ਦਾ ਚਿੰਨ੍ਹ ਜਾਂ ਇਹਨਾਂ ਦੀਆਂ ਮਾਤਰਾਵਾਂ ਦੀ ਗਿਣਤੀ ਜਿਹੜੀ ਹੈ ਉਹ ਦੋ ਜਾਂ ਡਬਲ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਕਨੌੜਾ। ਕਨੌੜਾ ਵੀ ਜੋ ਹੈ ਇਹ ਅੱਖਰਾਂ ਦੇ ਉੱਪਰ ਵਾਲੇ ਪਾਸੇ ਲੱਗਦਾ ਹੈ, ਇਸ ਦੀਆਂ ਵੀ ਦੋ ਮਾਤਰਾਵਾਂ ਹਨ, ਇਸ ਦੇ ਉਚਾਰਨ ਦੇ ਵਿੱਚ ਦੋਹਰਾ ਸਮਾਂ ਲੱਗਦਾ ਹੈ ਅਤੇ ਕਦੇ ਵੀ ਇਹ ਈੜੀ ਅਤੇ ਊੜੇ ਦੇ ਉੱਤੇ ਨਹੀਂ ਵਰਤਿਆ ਜਾਂਦਾ। ਇਸ ਦੀ ਵਰਤੋਂ ਹਮੇਸ਼ਾ ਆੜਾ ਅਤੇ ਬਾਕੀ ਸਾਰੇ ਵਿਅੰਜਨਾਂ ਦੇ ਨਾਲ ਕੀਤੀ ਜਾਂਦੀ ਹੈ। ਇਸ ਤੋਂ ਅੱਗੇ ਆ ਜਾਂਦੇ ਹਨ ਲਗਾਖਰ। ਲਗਾਖਰ ਕੀ ਹਨ? ਬਿੰਦੀ, ਟਿੱਪੀ ਅਤੇ ਅਦਕ। ਬਿੰਦੀ ਅਤੇ ਟਿੱਪੀ ਦੋਹਾਂ ਦੀ ਵਰਤੋਂ ਜਿਹੜੀ ਹੈ ਇਸ ਦੇ ਨਾਲ ਨਾਸਿਕਤਾ ਦੀ ਵਰਤੋਂ ਕੀਤੀ ਜਾਂਦੀ ਹੈ, ਭਾਵ ਜਿਹੜੇ ਅੱਖਰਾਂ ਦਾ ਉਚਾਰਨ, ਜਿਹੜੇ ਸ਼ਬਦਾਂ ਦਾ ਉਚਾਰਨ ਜੋ ਹੈ ਨੱਕ ਦੇ ਵਿੱਚੋਂ ਹੁੰਦਾ ਹੈ, ਜਾਂ ਕਿਉਂਕਿ ਇਹ ਨਾਸਕੀ ਸੁਰ ਧੁਨੀਆਂ ਹਨ ਉਸ ਵੇਲੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇਹ ਸਾਰੀਆਂ ਦੀਆਂ ਸਾਰੀਆਂ ਮਾਤਰਾਵਾਂ ਦੇ ਨਾਲ ਇਹਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਬਿੰਦੀ ਟਿੱਪੀ ਜੋ ਹੈ ਮੁਕਤੇ ਦੇ ਨਾਲ, ਜੇਕਰ ਮੁਕਤੇ ਦੇ ਨਾਲ ਨਾਸਿਕਤਾ ਦੀ ਧੁਨੀ ਆ ਰਹੀ ਹੈ, ਸਿਹਾਰੀ ਦੇ ਨਾਲ ਜੇਕਰ ਨਾਸਿਕਤਾ ਦੀ ਧੁਨੀ ਆ ਰਹੀ ਹੈ, ਔਂਕੜ ਦੇ ਨਾਲ ਅਤੇ ਦੁਲੈਂਕੜ ਦੇ ਨਾਲ ਜੇਕਰ ਨਾਸਿਕਤਾ ਦੀ ਧੁਨੀ ਆ ਰਹੀ ਹੈ, ਤਾਂ ਇਹਨਾਂ ਚਾਰ ਮਾਤਰਾਵਾਂ ਦੇ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ, ਬਾਕੀ ਸਾਰੀਆਂ ਮਾਤਰਾਵਾਂ ਦੇ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ। ਜਿਵੇਂ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ, ਜਿਵੇਂ ਅੰਬ ਲਿਖਣਾ ਹੈ ਤਾਂ ਟਿੱਪੀ ਦੀ ਵਰਤੋਂ ਹੋ ਰਹੀ ਹੈ, ਸਿੰਘ ਲਿਖਣਾ ਹੈ ਤਾਂ ਟਿੱਪੀ ਦੀ ਵਰਤੋਂ ਹੋ ਰਹੀ ਹੈ, ਰੂੰ ਲਿਖਣਾ ਹੈ ਤਾਂ ਟਿੱਪੀ ਦੀ ਵਰਤੋਂ ਹੋ ਰਹੀ ਹੈ, ਮੂੰਹ ਲਿਖਣਾ ਹੈ ਤਾਂ ਟਿੱਪੀ ਦੀ ਵਰਤੋਂ ਹੋ ਰਹੀ ਹੈ। ਜਿਵੇਂ ਅਸੀਂ ਚੁੰਗ ਚੁੰਗ ਜਾਂ ਚੁੰਘ ਲਿਖਣਾ ਹੈ ਤਾਂ ਟਿੱਪੀ ਦੀ ਵਰਤੋਂ ਹੋ ਰਹੀ ਹੈ, ਭਾਵ ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਦੋ ਦੇ ਨਾਲ ਟਿੱਪੀ ਦੀ ਵਰਤੋਂ ਹੋਈ ਹੈ। ਇਹ ਕੁੱਲ ਗਿਣਤੀ ਹੈ ਮਾਤਰਾਵਾਂ ਦੀ ਚਾਰ। ਇਹ ਚਾਰ ਮਾਤਰਾਵਾਂ ਜਿਹੜੀਆਂ ਹਨ ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਇਹਨਾਂ ਦੇ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ, ਬਾਕੀ ਸਾਰੀਆਂ ਮਾਤਰਾਵਾਂ ਜੋ ਹਨ ਉਹਨਾਂ ਦੇ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ। ਜਿਵੇਂ ਅਸੀਂ ਲਿਖ ਰਹੇ ਹਾਂ ਕਾਂ, ਨੀ, ਜੌਂ, ਗੇਂਦ, ਗੋਂਦ, ਔਂਕੜ। ਸੋ 1, 2, 3, 4, 5, 6 ਅਤੇ
ਸੱਤਵੀਂ ਮਾਤਰਾ ਹੈ ਦੁਲਾਂ, ਜਿਵੇਂ ਅਸੀਂ ਲਿਖਦੇ ਹਾਂ ਪੈਂਚ, ਤਾਂ ਇਹਨਾਂ ਦੇ ਨਾਲ, ਯਾਨੀ ਕਿ ਸੱਤ ਦੀਆਂ ਸੱਤ ਮਾਤਰਾਵਾਂ ਜਿਹੜੀਆਂ ਹਨ ਇਹਨਾਂ ਦੇ ਨਾਲ, ਜੇਕਰ ਨੱਕ 'ਚੋਂ ਆਵਾਜ਼ ਆ ਰਹੀ ਹੈ, ਨਾਸਿਕਤਾ ਦੀ ਧੁਨੀ ਹੈ, ਤਾਂ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਅੱਧਕ। ਅੱਧਕ ਜੋ ਹੈ ਅੱਧੇ ਅੱਖਰ ਦੀ ਕਮੀ ਨੂੰ ਪੂਰਾ ਕਰਦਾ ਹੈ ਔਰ ਹਮੇਸ਼ਾ ਸ਼ਬਦ ਦੇ ਉੱਤੇ ਲਾਇਆ ਜਾਂਦਾ ਹੈ, ਔਰ ਜਿੱਥੇ ਵੀ ਅੱਧਕ ਦੀ ਵਰਤੋਂ ਹੋਣੀ ਹੁੰਦੀ ਹੈ ਉਸ ਧੁਨੀ ਨੂੰ ਅੰਕਿਤ ਕਰਨ ਦੇ ਲਈ ਉਸ ਤੋਂ ਪਹਿਲੇ ਅੱਖਰ ਦੇ ਉੱਤੇ ਅੱਧਕ ਲਾ ਦਿੱਤਾ ਜਾਂਦਾ ਹੈ। ਔਰ ਅੱਧਕ ਦੀ ਵਰਤੋਂ ਅਸਲ ਦੇ ਵਿੱਚ ਜਿੱਥੇ ਦਬਾਅ ਜਾਂ ਸ਼ਬਦ ਨੂੰ ਜੋ ਹੈ ਪੂਰੇ ਦਬਾਅ ਦੇ ਨਾਲ ਜਾਂ ਸਟ੍ਰੈਸ ਦੇ ਕੇ ਬੋਲਣਾ ਹੋਵੇ, ਕਿਸੇ ਖਾਸ ਸ਼ਬਦ ਦੇ ਉੱਤੇ ਬਲ ਦੇ ਕੇ ਬੋਲਣਾ ਹੋਵੇ, ਜ਼ੋਰ ਦੇ ਕੇ ਬੋਲਣਾ ਹੋਵੇ, ਉੱਥੇ ਅਸੀਂ ਅੱਧਕ ਦੀ ਵਰਤੋਂ ਕਰਦੇ ਹਾਂ। ਇਸ ਤੋਂ ਬਾਅਦ ਆ ਜਾਂਦੇ ਹਨ ਦੁੱਤ ਅੱਖਰ। ਪਰ ਇਸ ਤੋਂ ਪਹਿਲਾਂ ਕਿ ਅਸੀਂ ਦੁੱਤ ਅੱਖਰ ਵੱਲ ਚੱਲੀਏ, ਅੱਧਕ ਦਾ ਅਸੀਂ ਐਗਜ਼ਾਮਪਲ ਵੀ ਦੇ ਸਕਦੇ ਹਾਂ। ਜਿਵੇਂ ਅਸੀਂ ਸ਼ਬਦ ਲਿਖਣਾ ਹੈ ਬੱਚਾ, ਤਾਂ ਦੋਹਾਂ ਦੇ ਵਿਚਕਾਰ, ਯਾਨੀ ਕਿ ਇਸ ਤੋਂ ਜੋ ਜਿਵੇਂ ਹਿੰਦੀ ਦੇ ਵਿੱਚ ਅਸੀਂ ਬੱਚਾ ਲਿਖ ਰਹੇ ਹਾਂ, ਤਾਂ ਇਹ ਜਿਹੜਾ ਹੈ ਅੱਧਕ ਦੇ ਰੂਪ ਦੇ ਵਿੱਚ ਉੱਪਰ ਚਲਾ ਗਿਆ ਹੈ। ਇਸੇ ਤਰ੍ਹਾਂ ਜਿਵੇਂ ਅਸੀਂ ਲਿਖਣਾ ਹੈ ਹਿੰਦੀ ਦੇ ਵਿੱਚ ਹੈ ਕੁੱਤਾ ਸ਼ਬਦ, ਇਹ ਤਾਂ ਜਿਹੜਾ ਹੈ ਇਹ ਵੀ ਉੱਪਰ ਚਲਾ ਗਿਆ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਦੁੱਤ ਅੱਖਰ। ਦੁੱਤ ਅੱਖਰ ਨੂੰ ਸੰਯੁਕਤ ਵਿਅੰਜਨ ਵੀ ਕਿਹਾ ਜਾਂਦਾ ਹੈ ਜਾਂ ਸੰਯੁਕਤ ਅੱਖਰ ਵੀ ਕਿਹਾ ਜਾਂਦਾ ਹੈ। ਇਹ ਹਮੇਸ਼ਾ ਪੈਰ ਦੇ ਵਿੱਚ ਲਿਖੇ ਜਾਂਦੇ ਹਨ, ਜਿਵੇਂ ਰ, ਹ ਅਤੇ ਵ, ਤਿੰਨ ਪੰਜਾਬੀ ਦੇ ਵਿੱਚ ਦੁੱਤ ਅੱਖਰ ਹਨ। ਜਿਵੇਂ ਅਸੀਂ ਪੜ੍ਹਾਈ ਸ਼ਬਦ ਲਿਖਣਾ ਹੈ ਤਾਂ ਹਾਹਾ ਪੈਰ ਦੇ ਵਿੱਚ ਪੜ੍ਹਾਈ ਆਵਾਜ਼ ਆ ਰਹੀ ਹੈ, ਹਾਹੇ ਦੀ ਸਾਊਂਡ ਜਿਹੜੀ ਹੈ ਉਹਨੂੰ ਪੈਰ ਦੇ ਵਿੱਚ ਅਸੀਂ ਲਿਖ ਦਿੱਤਾ ਹੈ। ਜਿਵੇਂ ਅਸੀਂ ਸਵਰ ਸ਼ਬਦ ਲਿਖਣਾ ਹੈ ਸਵਰ, ਤਾਂ ਇਸ ਨੂੰ ਅਸੀਂ ਪੈਰ ਦੇ ਵਿੱਚ ਵਵਾ ਪਾ ਦਿੱਤਾ ਹੈ। ਅਤੇ ਜਾਂ ਫਿਰ ਅਸੀਂ ਸ਼ਬਦ ਲਿਖਣਾ ਹੈ ਕ੍ਰੋਧ, ਤਾਂ ਪੈਰ ਦੇ ਵਿੱਚ ਰਾਰਾ ਪਾ ਦਿੱਤਾ। ਇੱਥੇ ਪੈਰ ਦੇ ਵਿੱਚ ਰਾਰਾ ਹੈ, ਇੱਥੇ ਹਾਹਾ ਹੈ, ਇੱਥੇ ਵਵਾ ਹੈ। ਸੋ ਇਹ ਕੀ ਹਨ, ਦੁੱਤ ਅੱਖਰ ਹਨ ਜਿਹੜੇ ਪੈਰ ਦੇ ਵਿੱਚ ਲਿਖੇ ਜਾਂਦੇ ਹਨ। ਪਰ ਇਹਨਾਂ ਨੂੰ ਲਿਖਣ ਦਾ ਇੱਕ ਨਿਯਮ ਇਹ ਵੀ ਹੈ, ਜਿਹੜਾ ਕਿ ਅਸੀਂ ਸਵਰ ਅਤੇ ਵਿਅੰਜਨ ਵਾਲੀ ਵੀਡੀਓ ਦੇ ਵਿੱਚ ਜੋ ਸੀ ਉਹ ਸਾਂਝਾ ਕੀਤਾ ਸੀ, ਕਿ ਦੁੱਤ ਅੱਖਰ ਖਾਸ ਕਰਕੇ ਜਿਹੜੇ ਹਨ ਇਹਨਾਂ ਦੀ ਵਰਤੋਂ ਜਦੋਂ ਅਸੀਂ ਰਹਿ ਦੀ ਇਹਨਾਂ ਦੇ ਵਿੱਚੋਂ ਵਰਤੋਂ ਕਰਦੇ ਹਾਂ, ਤਾਂ ਰਹਿ ਦੀ ਵਰਤੋਂ ਉੱਥੇ ਕੀਤੀ ਜਾਂਦੀ ਹੈ ਜਦੋਂ ਦੁੱਤ ਅੱਖਰ, ਜਦੋਂ ਦੁੱਤ ਵਿਅੰਜਨ ਅਸੀਂ ਵਰਤ ਰਹੇ ਹਾਂ ਜਾਂ ਸੰਯੁਕਤ ਵਿਅੰਜਨ ਦੇ ਰੂਪ ਦੇ ਵਿੱਚ ਇਸ ਦੀ ਵਰਤੋਂ ਕਰ ਰਹੇ ਹਾਂ, ਤਾਂ ਉਸਦੇ ਪਿਛਲੇ ਪਾਸੇ ਓ ਦੀ ਮਾਤਰਾ ਆ ਰਹੀ ਹੋਵੇ, ਭਾਵ ਦੀਰਘ ਮਾਤਰਾ ਆ ਰਹੀ ਹੋਵੇ, ਤਾਂ ਉੱਥੇ ਪੈਰ ਦੇ ਵਿੱਚ ਲਿਖਿਆ ਜਾਂਦਾ ਹੈ। ਨਹੀਂ ਤਾਂ ਜਿਵੇਂ ਸਵਰ ਹੈ, ਕੋਈ ਵੀ ਸਵਰ ਹੈ ਇਹਨੂੰ ਜੇਕਰ ਅਸੀਂ ਪੈਰ 'ਚ ਲਿਖ ਰਹੇ ਹਾਂ ਤਾਂ ਵੀ ਠੀਕ ਹੈ, ਜੇ ਅਸੀਂ ਇਹਨੂੰ ਸਿੰਪਲ ਸੱਸਾ ਵਾਵਾ ਰਾਰਾ ਵੀ ਲਿਖ ਰਹੇ ਹਾਂ ਤਾਂ ਇਹ ਵੀ ਸਹੀ ਮੰਨਿਆ ਜਾਂਦਾ ਹੈ। ਕਿਉਂ ਮੰਨਿਆ ਜਾਂਦਾ ਹੈ?
ਕਿਉਂਕਿ ਇਹਦਾ ਪ੍ਰਚਲਨ ਪੈਰ ਦੇ ਵਿੱਚ ਲਿਖਣ ਦਾ ਕਿਉਂ ਘੱਟ ਗਿਆ ਹੈ? ਕਿਉਂਕਿ ਇਸ ਦੇ ਪਿੱਛੇ ਕੋਈ ਵੀ ਦੀਰਘ ਮਾਤਰਾ ਨਹੀਂ ਆ ਰਹੀ। ਸੋ ਜਿਵੇਂ ਅਸੀਂ ਯੰਤਰ ਸ਼ਬਦ ਲਿਖ ਰਹੇ ਹਾਂ, ਇਹ ਸੰਸਕ੍ਰਿਤ ਦੇ ਪ੍ਰਭਾਵ ਅਧੀਨ ਪੈਰ ਦੇ ਤੈਅ ਦੇ ਪੈਰ ਦੇ ਵਿੱਚ ਰਹਿ ਹੈ ਯੰਤਰ, ਪਰ ਕਿਉਂਕਿ ਇਹਦੇ ਪਿੱਛੇ ਕੋਈ ਦੀਰਘ ਮਾਤਰਾ ਨਹੀਂ ਹੈ, ਇਸ ਲਈ ਪੰਜਾਬੀ ਦੇ ਵਿੱਚ ਇਸ ਦਾ ਪ੍ਰਚਲਨ ਜੋ ਹੈ ਉਹ ਯੰਤਰ ਅਤੇ ਜੱਜਾ ਜੋ ਹੈ ਯਈਆ ਜੱਜੇ ਵਿੱਚ ਕਨਵਰਟ ਹੋ ਕੇ ਜੰਤਰ ਬਣ ਗਿਆ ਹੈ। ਇਹ ਨਿਯਮ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜੰਤਰ ਸ਼ਬਦ ਜਿਹੜਾ ਹੈ ਉਹ ਸਹੀ ਹੈ। ਸੋ ਸਪਸ਼ਟ ਹੈ ਕਿ ਲਗਾਂ, ਲਗਾਖਰ ਅਤੇ ਦੁੱਤ ਅੱਖਰ ਜੋ ਹੈ ਇਹਨਾਂ ਦਾ ਪੰਜਾਬੀ ਲਿਖਣ ਦੇ ਵਿੱਚ, ਪੰਜਾਬੀ ਬੋਲਣ ਦੇ ਵਿੱਚ ਬਹੁਤ ਵੱਡਾ ਸਥਾਨ ਹੈ, ਬੜਾ ਅਹਿਮ ਸਥਾਨ ਹੈ, ਔਰ ਇਹਨਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਵਿਆਕਰਨ, ਸ਼ੁੱਧ ਵਿਆਕਰਨ ਦੇ ਆਧਾਰ ਦੇ ਉੱਤੇ ਜੇਕਰ ਅਸੀਂ ਇਹਨਾਂ ਨਿਯਮਾਂ ਦੇ ਆਧਾਰ ਦੇ ਉੱਤੇ ਪੰਜਾਬੀ ਲਿਖਾਂਗੇ ਤਾਂ ਉਹੀ ਸ਼ੁੱਧ ਪੰਜਾਬੀ ਗਿਣੀ ਜਾਂਦੀ ਹੈ। ਹਾਲਾਂਕਿ ਅਸੀਂ ਬੋਲਣ ਦੇ ਵਿੱਚ ਜੋ ਹੈ ਬਹੁਤ ਸਾਰੇ ਸ਼ਬਦ ਜਦੋਂ ਇੱਧਰ ਉੱਧਰ ਕਰ ਜਾਂਦੇ ਹਾਂ ਤਾਂ ਲਿਖਣ ਦੇ ਵਿੱਚ ਵੀ ਫਿਰ ਗੜਬੜ ਸ਼ੁਰੂ ਹੋ ਜਾਂਦੀ ਹੈ। ਸੋ ਵਿਦਿਆਰਥੀਆਂ ਦੇ ਲਈ ਇਹ ਨਿਯਮਾਂ ਨੂੰ ਧਿਆਨ ਦੇ ਵਿੱਚ, ਇਹਨਾਂ ਨਿਯਮਾਂ ਨੂੰ ਰੱਖਣਾ ਬਹੁਤ ਜ਼ਰੂਰੀ ਹੈ। ਲਿਖਣ ਜਦੋਂ ਸ਼ੁੱਧ ਬੋਲਣਗੇ ਤਾਂ ਸ਼ੁੱਧ ਲਿਖਣਗੇ ਵੀ। ਸੋ ਇਹ ਅੱਜ ਦਾ ਵੀਡੀਓ ਜੋ ਹੈ, ਉਮੀਦ ਹੈ ਕਿ ਤੁਹਾਡੇ ਜੋ ਹੈ ਇਮਤਿਹਾਨੀ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਕਾਫੀ ਸਹਾਇਕ ਸਿੱਧ ਹੋਵੇਗਾ। ਮਿਲਾਂਗੇ ਕਿਸੇ ਅਗਲੇ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਇਜਾਜ਼ਤ, ਧੰਨਵਾਦ।